بولے سو نحال ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਆਜੋ ਗੁਰਮਖੋ ਆਜੋ ਪ੍ਰਬੰਧਕ ਕਮੇਟੀ ਜਿਹੜਾ ਬਾਬਾ ਸੈਨ ਭਗਤ ਜੀ ਪ੍ਰਤਾਪਰਾ ਤੇ ਇਹ ਕਹਿਮਾ ਨਗਰ ਕੀਰਤਨ ਆਪ ਜੀ ਦਾ ਇਹਦੇ ਸਾਡਾ ਪ੍ਰਾਤਨ ਚੱਲ ਰਿਹਾ ਜੀ ਮੈਨੂੰ 35 ਸਾਲ ਜੀ ਦੀ ਯਾਦ ਦੇ ਵਿੱਚ 35 ਸਾਲ ਤਾਂ 35 ਸਾਲ ਤਾਂ ਮੈਨੂੰ ਵੀ ਹੋ ਕੇ ਦੇਖਦੇ ਨੇ ਹਾਂਜੀ ਹਾਂਜੀ ਤੇ ਇਹ ਕਿੰਨੇ ਪਿੰਡਾਂ 'ਚ ਆਇਆ ਜੀ ਨਗਰ ਕੀਰਤਨ ਇਹ 10 ਪਿੰਡਾਂ ਦੇ ਵਿੱਚ ਸਾਡਾ ਸਾਰਾ ਹੁੰਦਾ ਪ੍ਰੋਗਰਾਮ ਜੀ ਠੀਕ ਆ ਤੇ ਹੋਰ ਵਿਸਾਖੀ ਦੇ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਇਹੀ ਆ ਵੀ ਗੁਰੂ ਘਰ ਦੇ ਨਾਲ ਜੁੜੋ ਨਿਤਨੇਮ ਕਰੋ ਔਰ ਗੁਰੂ ਘਰ ਦਾ ਆਸ਼ੀਰਵਾਦ ਲਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ वाहे गुरु जी 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 वाहे गुरु 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 जी वाहे गुरु जी वाहे गुरु जी वाहे गुरु वाहे वाहे गुरु जी वाहे गुरु जी वाहे गुरु जी वाहे गुरु जी वाहे गुरु वाहो वाहो कर है से जन सोने वाहु वाहु कर है से जन सोने वाहु वाहु कर है से जन सोने ਸ਼ੇਰ ਬਣਾ ਦੂੰਗਾ ਦੇ ਕੇ ਪਾਲ ਮੈਂ ਚਿੜੀਆਂ ਕੋ ਬਾਜ ਕਰਾ ਦੂੰਗਾ ਸੁੱਖੇ ਸਾਡੇ ਮੈਨੇਜਰ ਸਾਹਿਬ
ਪਰਦਾਰ ਮੈਂ ਸਿੰਘ ਬਹੁਤ ਸਤਿਕਾਰ ਜੋ ਅਤੇ ਉਹਨਾਂ ਦਾ ਸਤਿਕਾਰ ਉਹਨਾਂ ਕੋਲ ਕੁਝ ਸਮਾਂ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਦਾਰ ਵਿਸਾਖੀ ਦੇ ਸੰਬੰਧ ਅੰਦਰ ਸੁਣੋ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਪਰ ਇੱਥੇ ਇੱਕ ਗੱਲ ਕਰਨ ਯੋਗ ਹੈ ਇਹ ਜੀਵ ਕਹਿੰਦੇ ਨੇ ਦੁਰਗਾ ਦੀ ਪੂਜਾ ਕੀਤੀ ਭਾਈ ਸੁਖਵੀਰ ਸਿੰਘ ਪ੍ਰੋਫੈਸਰ ਲਿਖਦੇ ਨੇ ਹੋਰ ਅਨੇਕਾਂ ਨੌ ਸੌ 99 ਟੀਕਾਕਾਰ ਹੋਏ ਜਪਜੀ ਸਾਹਿਬ ਤੇ ਸਤਿਗੁਰੂ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਨੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦੁਰਗਾ ਦੀ ਪੂਜਾ ਕੀਤੀ ਮਨਮਤ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਧਨੇਖਾ ਕਿੱਧਰ ਵਾਸਤੇ ਆਖਿਆ ਹੈ ਕਿਸੇ ਗੋਪਾਲ ਪੰਥ ਤੇ ਕਾਲੀਦਾਸ ਭੇਣ ਜਗਾ ਕਾਂਸ਼ੀ ਤੋਂ ਆਏ ਹੋਏ ਕਹਿੰਦਾ ਜੀ ਇਹ ਜਿਹੜੀ ਦੁਰਗਾ ਹੈ ਕਹਿੰਦਾ ਇੱਥੇ ਇੱਕ ਬੜੀ ਮੰਗਦੀ ਦਸੰਤ ਕਾ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਲ ਨੂੰ ਜਿਹਨੂੰ ਕਾਸ਼ ਸ਼ਮਸ਼ੀਰ ਕਹਿੰਦੇ ਆ ਅਸਲੀ ਅਰਥ ਦਾ ਸ਼ਮਸ਼ੀਰ ਹੈ ਤੇ ਜਦੋਂ ਕਿਰਪਾਲ ਕੱਢੀ ਉਹਨਾਂ ਨੇ ਸਾਰਾ ਹੀ ਕੁੰਡ ਦੇ ਵਿੱਚ ਜਿਹੜਾ ਤੋਪ ਤੇ ਚਿੱਟ ਕੇ ਨੱਠਣ ਦੇ ਤਿਆਰੀ ਕੀਤੀ ਪਤਾ ਨੀ ਚੱਲਿਆ ਕਿਧਰ ਚੱਲਿਆ ਪ੍ਰਥਮ ਕਰਤੀ ਸਿਮਰਤ ਗੁਰੂ ਨਾਨਕ ਲਈ ਧਿਆਏ ਫਿਰ ਸੱਚ ਕੇ ਅਮਰਦਾਸ ਰਾਮਦਾਸ ਨੇ ਸਹਾਏ ਅਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਤਿੱਥੇ ਸਭ ਪੁਜਾਏ ਤੇਗ ਬਹਾਦਰ ਸਿਮਰੇ ਘਰ ਨਾਨਕ ਆਵੇ ਧਾਏ ਸਭ ਥਾਈ ਹੋ ਸਹਾਏ ਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੜਾਉਣਾ ਚੜਨਾ ਸਿੱਖੀ ਦਾ ਚੜਾਉਣਾ ਅਨੰਦਪੁਰ ਚ ਖੰਡੇ ਲੋਕ ਬਣ ਗਏ ਬਾਜਾ ਵਾਲਾ ਬਾਜਾ ਮਾਰਦਾ ਬਾਜਾ ਵਾਲਾ ਬਾਜਾ ਮਾਰਦਾ ਸਿੰਘਾਂ ਨੂੰ ਮਦਾਨ ਵਿੱਚ ਕਣ ਗਏ ਬਾਜਾ ਵਾਲਾ ਬਾਜਾ ਮਾਰਦਾ ਵਾਜਾ ਮਾਰਾ ਵਾਜਾ ਮਾਰਦਾ ਸਦਾ ਹੀ ਵਾਜਾ ਮਾਰਦਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਖਿਆ ਇੱਥੇ ਇਹ ਪੰਗਤ ਦੇ ਵਿੱਚ ਇੱਕ ਪੰਗਲਾ ਇੱਕ ਕੋਈ ਕੁਛ ਰੋਗ ਵਾਲਾ ਇੱਕ ਸੇਵ ਹੈ ਇੱਕੋ ਪੰਗਤ ਵਿੱਚ ਬੈਠ ਕੇ ਹੀ ਜਿਤਨਾ ਚਿਰ ਇੱਥੇ ਲੰਗਰ ਚੱਲਦਾ ਰਹੇਗਾ ਤੇ ਹੱਥ ਕਲਮ ਹਟਾ ਕੇ ਕੋਲ ਕਾਗਜ਼ ਮੰਗਾ ਕੇ ਲਿਖ ਦੇ ਵਿਚਾਰਾਂ ਨੂੰ ਭੇਜ ਦੇ ਹੁਕਮ ਨਾਮੇ ਜਥੇਦਾਰਾਂ ਨੂੰ ਨੰਗੇ
بچے سوئی تے تنگے نک کرے نوے تنگے رول دا بہارا نوں بھیج دے حکماں میں جتھے داراں جتھے دارا